ਵਧੀਆ ਵਿਖੇ ਗੋਲੀਕਾਂਡ ਵਾਪਰਿਆ ਸੀ ਬੀਤੇ ਦਿਨੀ ਉਹਦੇ ਕੀ ਅਪਡੇਟ ਆ ਹੁਣ ਤੱਕ ਦੇ ਉਹਦੇ ਵਿੱਚ ਉਸ ਟਾਈਮ ਦੇ ਜਿਹੜੇ ਮਦਈਆਂ ਦੇ ਬਿਆਨ ਤੇ ਪ੍ਰੋਸੈਸ ਕਰਤਾ ਸੀ 302 ਦਾ ਉਹ ਅਰੈਸਟ ਕਰ ਲਿਆ ਹੋਇਆ ਉਹਦੇ ਜਿਹੜੀ ਬਣਦੀਆਂ ਉਹ ਤੋਂ ਬਰਾਮਦੀਆਂ ਕਰਨੀਆਂ ਹੋਈਆਂ ਤੇ ਸਾਡੀ ਤਫਤੀਸ਼ ਜਾਰੀ ਹੈ। ਕਤਲ ਮੌਕੇ ਕਿਸ ਹਥਿਆਰ ਦਾ ਪ੍ਰਯੋਗ ਕੀਤਾ ਗਿਆ ਤੇ ਇਸ ਵਿੱਚੋਂ ਮਤਲਬ ਕੀ ਕੁਝ ਬਰਾਮਦ ਕੀਤਾ ਗਿਆ? ਉਹਦੇ ਵਿੱਚ ਜਿਹੜੀ 12 ਬੋਰ ਜਿਹੜੀ 12 ਜਿਹੜੀ ਰਿਲੀਜ਼ ਕੀਤੀ ਗਈ ਸੀ ਉਹ 12 ਬੋਰ ਰਿਕਵਰ ਹੋ ਗਈ ਹੈ। ਉਹਦੇ ਬਰਾਮਦ ਬਰਾਮਦ ਰਿਕਵਰ ਹੋ ਗਿਆ। ਉਹਦਾ ਜਿਹੜਾ ਜਿਹੜਾ ਉਹਨੇ ਉਸ ਟਾਈਮ ਮੌਕੇ ਤੇ ਪਾਇਆ ਹੋਇਆ ਸੀ ਇੱਕ ਬੈਗ ਜਿਹਾ ਉਹ ਵੀ ਰਿਕਵਰ ਹੋ ਗਿਆ। ਕੀ ਕੁਝ ਰੋਲ ਵੀ ਬਰਾਮਦ ਕੀਤੇ ਗਏ? ਹਾਂ, ਰੌਂਦ ਬਰਾਮਦ ਕੀਤੇ ਗਏ, ਖੋਲ ਬਰਾਮਦ ਕੀਤੇ, ਰੌਂਦ ਬਰਾਮਦ ਕੀਤੇ, ਕਾਫੀ ਕੁਝ ਜਿਹੜੀਆਂ ਰਿਕਵਰੀਜ਼ ਹੋਈਆਂ ਜਿਹੜੀਆਂ ਮੌਕੇ ਦੀਆਂ ਜਾਗਤ ਦੀ ਗੱਲ ਤਫਤੀਸ਼ ਆਉਂਦੀ ਹੈ ਸਾਰੀ ਰਿਕਵਰੀ ਹੋ ਗਈਆਂ। ਪਤਾ ਲੱਗਿਆ ਕਿ ਜਿਹੜੀ ਪੂਰੀ ਘਟਨਾ ਵਾ ਕਿ ਸੀਸੀਟੀਵੀ ਚ ਕੈਦ ਹੋਈ ਆ ਕਿ ਉਹ ਪੂਰੀ ਘਟਨਾ ਕਿ ਜਿਹੜੀ ਉਹ ਸੀਸੀਟੀਵੀ ਦੀ ਫੁਟੇਜ ਆ ਪੁਲਿਸ ਕੋਲ ਹੋਈ ਆ ਉਹਦੇ ਵਿੱਚ ਜਿਹੜਾ ਮੌਕੇ ਤੇ ਲੱਗਾ ਸੀਸੀਟੀਵੀ ਕੈਮਰਾ ਵੀ ਡੀਵੀਆਰ ਸੀ ਉਹ ਪ੍ਰਜ਼ਰਵ ਕੀਤਾ ਹੋਇਆ। ਕੀ ਕੁਝ ਵੇਖ ਫੁਟੇਜ ਆ ਕੁਝ ਉਹ ਵੀ ਉਹ ਆਲਰੇਡੀ ਪ੍ਰਜ਼ਰਵਡ ਹੈ ਉਹ ਸਾਡੇ ਉਹ ਪ੍ਰਜ਼ਰਵ ਹੈ ਨਹੀਂ ਕੁਝ ਵੇਖਿਆ ਗਿਆ ਪੁਲਿਸ ਵੱਲੋਂ ਹਾਲੇ ਤੱਕ ਕੁਝ ਉਹਦੇ ਵਿੱਚ ਜਿਹੜਾ ਉਹ ਪ੍ਰਜ਼ਰਵਡ ਹੈਗਾ ਉਹ ਤੇ ਹਲੇ ਉਹ ਉਹਨੂੰ ਚੈੱਕ ਕਰਾਵਾਂਗੇ ਆਪਾਂ। ਦੋਛੇ ਜਾਨ ਪੁਸਤਤਾ ਦੇ ਵਿੱਚ ਦੱਸਿਆ ਕਤਲ ਦੇ ਬਾਰੇ ਕੀ ਕੋਈ ਦੁਸ਼ਮਣੀ ਸੀ ਹੁੰਦੀ? ਉਹਦੇ ਦੱਸਿਆ ਉਹਨੇ ਆਪਣੇ ਦੱਸਿਆ ਜਿਹੜੇ ਸਾਹਮਣੇ ਜਿਹੜਾ ਮ੍ਰਿਤਕ ਜਿਹੜਾ ਹੋਇਆ ਉਹ ਜਿਹੜੀ ਆਪਣੀ ਕੰਸਟੈਂਟ ਉਹਨੇ ਕਰ ਰਿਹਾ ਸੀ ਉਹਦੀ ਉਹਦੀ ਜਿਹੜੀ ਗੋਲ ਲਗਾਈ ਹੋਈ ਸੀ ਜਿਹੜਾ ਉਹਨੇ ਪੈਡਿੰਗ ਲਗਾਈ ਸੀ ਉਹ ਤੋਂ ਉਹਦੇ ਬਾਰੇ ਕੋਈ ਉਹਨੇ ਆਪਾਂ ਚੁੱਕ